Hi guys, this is Harjeet from Aussizz group. ਅੱਜ ਦਾ ਸਾਡਾ ਜਿਹੜਾ ਮੇਨ ਮੰਤਵ ਆ ਲਾਈਵ ਹੋਣ ਦਾ ਫੇਸਬੁੱਕ ਤੇ ਉਹ ਹੈ ਕਿ ਤੁਹਾਨੂੰ ਆਪਣਾ ਸਾਰਿਆਂ ਨੂੰ ਜਾਣਕਾਰੀ ਦੇਣਾ TRA ਸਕਿੱਲ ਅਸੈਸਮੈਂਟ ਦੇ ਰਿਗਾਰਡਿੰਗ TRA ਸਕਿੱਲ ਅਸੈਸਮੈਂਟ ਕੀ ਆ ਤੇ ਕੌਣ ਕਰ ਸਕਦਾ ਤੇ ਉਹਦੀ ਐਲੀਜੀਬਿਲਟੀ ਤੁਹਾਨੂੰ ਪੂਰੀ ਵਿਸਥਾਰ ਨਾਲ ਦੱਸਾਂਗੇ ਅਤੇ ਮੇਰੇ ਜਿਹੜੇ ਵੀ ਫਰੈਂਡਸ ਤੇ ਇਹਦੇ ਲਈ ਐਲੀਜੀਬਲ ਨੇ ਤੇ ਉਹਨਾਂ ਨੂੰ ਦੱਸਾਂਗੇ ਤੁਹਾਡੇ ਲਈ ਕੀ ਕੀ ਪਾਥਵੇ ਬਣਦੇ ਨੇ ਤੇ ਟੁਆਰਡਸ ਪਰਮਨੈਂਟ ਰੈਜ਼ੀਡੈਂਸੀ। ਦੋਸਤੋ ਜਿਹੜੇ ਵੀ ਮੇਰੇ ਫਰੈਂਡ ਸਟੂਡੈਂਟ ਵੀਰ ਜਾਂ ਜੋ ਵੀ ਕਿਸੇ ਵੀ ਟ੍ਰੇਡ ਦੇ ਵਿੱਚ 457 ਵੀਜ਼ੇ ਤੇ ਇਸ ਟਾਈਮ ਹੈਗੇ ਨੇ ਤੇ ਆਪਣਾ RSMS ਵੀਜ਼ੇ ਦੇ ਉੱਤੇ ਹੈਗੇ ਨੇ, ਈਵਨ ਦੋ ਜੇ ਕਿਸੇ ਵੀ ਮੇਰੇ ਮਿੱਤਰ ਨੇ 457 ਵੀਜ਼ਾ ਜਾਂ RSMS ਵੀਜ਼ਾ ਅਪਲਾਈ ਕੀਤਾ ਹੋਇਆ ਹੈ ਤੇ ਉਹ ਵੀ TRA ਸਕਿੱਲ ਅਸੈਸਮੈਂਟ ਦੇ ਪਾਥਵੇ ਉੱਤੇ ਆ ਸਕਦੇ ਨੇ। ਦੋਸਤੋ TRA ਸਕਿੱਲ ਅਸੈਸਮੈਂਟ ਦੇ ਦੋ ਪਾਥਵੇ ਨੇ, ਇੱਕ ਹੈ ਤੁਸੀਂ ਜਾ ਸਕਦੇ ਹੋ ਜੋਬ ਰੈਡੀ ਪ੍ਰੋਗਰਾਮ ਦੇ ਦੌਰਾਨ ਤੇ ਦੂਸਰਾ ਤੁਸੀਂ ਜਾ ਸਕਦੇ ਹੋ ਡਾਇਰੈਕਟ ਸਕਿੱਲ ਅਸੈਸਮੈਂਟ ਜਿਹੜੀ ਕਿ ਆਫਸ਼ੋਰ ਸਕਿੱਲ ਅਸੈਸਮੈਂਟ ਜਿਹਨੂੰ ਕਿ ਆਪਾਂ ਕਹਿੰਦੇ ਹਾਂ। ਤੇ ਦੋਸਤੋ ਜੋਬ ਰੈਡੀ ਪ੍ਰੋਗਰਾਮ ਜੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੇ ਉਹਦੇ ਚਾਰ ਸਟੈਪ ਹੁੰਦੇ ਨੇ। ਜਦੋਂ ਵੀ ਮੇਰੇ ਦੋਸਤ ਆਪਣਾ ਤੁਸੀਂ ਕੋਈ ਵੀ ਪੜ੍ਹਾਈ ਫਿਨਿਸ਼ ਕੀਤੀ ਆ ਤੇ ਉਸਦੀ ਪੜ੍ਹਾਈ ਫਿਨਿਸ਼ ਕਰਨ ਤੋਂ ਬਾਅਦ ਤੇ ਤੁਸੀਂ ਓਬਵੀਅਸਲੀ TR ਅਪਲਾਈ ਕਰਦੇ ਹੋ ਜਿਹਨੂੰ ਕਿ ਆਪਾਂ 485 ਵੀਜ਼ਾ ਕਹਿੰਦੇ ਹਾਂ। ਕੋਈ ਵੀ ਬੱਚਾ ਆਪਣੀ ਪੜ੍ਹਾਈ ਫਿਨਿਸ਼ ਕਰਦਾ ਕਿਸੇ ਵੀ ਟ੍ਰੇਡ ਦੇ ਵਿੱਚ ਤੇ ਉਹ TR ਅਪਲਾਈ ਕਰਦਾ ਤੇ TR ਜਿਹੜੀ ਵੀ ਉਹ ਅਪਲਾਈ ਕਰਦਾ ਗ੍ਰੈਜੂਏਟ ਵਰਕ ਸਟ੍ਰੀਮ ਦੇ ਅੰਡਰ ਕਰਦਾ ਉਹਨੂੰ ਵੀਜ਼ਾ ਜੋ ਗ੍ਰਾਂਟ ਹੁੰਦਾ 18 ਮਹੀਨੇ ਦਾ ਗ੍ਰਾਂਟ ਹੁੰਦਾ ਹੈ। ਤੇ ਦੋਸਤੋ ਤੇ ਉਹ ਆਪਣਾ ਜਦੋਂ ਉਹ ਵੀਜ਼ਾ ਅਪਲਾਈ ਕਰਦਾ ਉਦੋਂ ਵੀ ਉਹ ਇਸ ਸਕਿੱਲ ਅਸੈਸਮੈਂਟ ਪਾਥਵੇ ਦੇ ਉੱਤੇ ਜਾ ਸਕਦਾ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਇਹਦੇ ਚਾਰ ਸਟੈਪ ਹੁੰਦੇ ਨੇ ਜੋਬ ਰੈਡੀ ਪ੍ਰੋਗਰਾਮ ਦੇ TRA ਦੇ ਅੰਡਰ। ਤੇ ਪਹਿਲਾ ਸਟੈਪ ਹੈ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ। ਤੇ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਦੇ ਵਿੱਚ ਤੁਸੀਂ 360 ਆਵਰ ਦਾ ਐਕਸਪੀਰੀਅੰਸ ਦਿਖਾਉਣਾ ਹੁੰਦਾ ਤੇ ਉਹ ਜਿਹੜਾ ਐਕਸਪੀਰੀਅੰਸ ਆ ਐਸ ਪਰ TRA ਗਾਈਡਲਾਈਨਸ 1 ਜੁਲਾਈ 2016 ਤੋਂ ਬਾਅਦ ਪੇਡ ਹੀ ਵਾਜਬ ਮੰਨਿਆ ਜਾਵੇਗਾ। ਪੇਡ ਐਕਸਪੀਰੀਅੰਸ ਦਿਖਾਉਣ ਦੇ ਲਈ ਸਾਨੂੰ ਜੋ ਜੋ ਡਾਕੂਮੈਂਟੇਸ਼ਨ ਦੀ ਲੋੜ ਪੈਂਦੀ ਹੈ ਉਹ ਹੈ ਕਿ ਇੱਕ ਸਭ ਤੋਂ ਪਹਿਲਾਂ ਰੈਫਰੈਂਸ ਲੈਟਰ ਫਰੋਮ ਯੂਰ ਇੰਪਲੋਇਰ, ਜਿਸ ਵੀ ਇੰਪਲੋਇਰ ਦੇ ਨਾਲ ਤੁਸੀਂ ਕੰਮ ਕੀਤਾ ਹੈ ਤੁਹਾਨੂੰ ਉਹਦੇ ਤੋਂ ਇੱਕ ਰੈਫਰੈਂਸ ਲੈਟਰ ਲੈਣੀ ਪਵੇਗੀ ਕਿ ਫਰੋਮ ਦਿਸ ਪੀਰੀਅਡ ਟੂ ਦਿਸ ਪੀਰੀਅਡ ਯੂ ਹੈਵ ਵਰਕ ਫੋਰ ਦਿਸ ਪਰਟੀਕੁਲਰ ਇੰਪਲੋਇਰ। ਤੇ ਉਹਨੂੰ ਉੱਥੇ ਇਹ ਵੀ ਦੱਸਣਾ ਪਵੇਗਾ ਕਿ ਤੁਸੀਂ ਉਹ ਇੰਪਲੋਇਮੈਂਟ ਦੇ ਦੌਰਾਨ ਕਿਹੜੀਆਂ ਕਿਹੜੀਆਂ ਰੋਲਸ ਐਂਡ ਰਿਸਪੋਂਸੀਬਿਲਿਟੀਜ਼ ਕਰਦੇ ਸੀ। ਫੋਰ ਐਗਜ਼ਾਮਪਲ ਤੁਸੀਂ ਐਜ਼ ਅ ਸ਼ੈਫ ਕੰਮ ਕਰਦੇ ਸੀ ਤਾਂ ਤੁਹਾਨੂੰ ਉੱਥੇ ਸ਼ੈਫ ਦੀਆਂ ਡਿਊਟੀਜ਼ ਤੇ ਰਿਸਪੋਂਸੀਬਿਲਿਟੀਜ਼ ਦੱਸਣੀਆਂ ਪੈਣਗੀਆਂ ਅਤੇ ਉਸ ਪੀਰੀਅਡ ਦੇ ਦੌਰਾਨ ਉਸਨੂੰ ਉਸ ਰੈਫਰੈਂਸ ਲੈਟਰ ਦੇ ਵਿੱਚ ਇਹ ਮੈਂਸ਼ਨ ਕਰਨਾ ਪਵੇਗਾ ਕਿ ਤੁਸੀਂ ਮਿਨੀਮਮ 360 ਆਵਰ ਦੀ ਰਿਕੁਆਇਰਮੈਂਟ ਮੀਟ ਕੀਤੀ ਹੈ। ਦੋਸਤੋ ਤੇ ਉਸ ਰੈਫਰੈਂਸ ਲੈਟਰ ਦੇ ਵਿੱਚ ਇੰਪਲੋਇਰ ਦਾ ਨਾਮ, ਪਤਾ ਤੇ ਟੈਲੀਫੋਨ ਨੰਬਰ ਹੋਣਾ ਜ਼ਰੂਰੀ ਹੈ ਤਾਂ ਜੋ TRA ਵੈਰੀਫਾਈ ਕਰ ਸਕੇ ਕਿ ਤੁਹਾਡਾ ਜੋ ਐਕਸਪੀਰੀਅੰਸ ਹੈ ਇਹ ਜੈਨੂਇਨ ਹੈ। ਦੂਸਰੀ ਚੀਜ਼ ਸਾਨੂੰ ਚਾਹੀਦੀ ਹੈ ਉਸਦੇ ਲਈ ਪੇ ਸਲਿਪਸ ਵਗੈਰਾ ਅਤੇ ਬੈਂਕ ਸਟੇਟਮੈਂਟਸ, ਇੱਕ ਬਹੁਤ ਹੀ ਵਾਜਬ ਪਰੂਫ ਹੈ ਜਦੋਂ ਅਸੀਂ ਆਪਣਾ TRA ਨੂੰ ਪ੍ਰੋਵੀਜ਼ਨ ਸਕਿੱਲ ਅਸੈਸਮੈਂਟ ਦੀ ਅਪਲਾਈ ਕਰਦੇ ਹਾਂ ਇਸ ਤੋਂ ਉਹ ਵੈਰੀਫਾਈ ਕਰ ਸਕਦੇ ਨੇ ਕਿ ਤੁਹਾਡਾ ਐਕਸਪੀਰੀਅੰਸ ਹੈ ਜੋ ਜੈਨੂਇਨ ਆ। ਅੱਛਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਵੀ ਕੋਈ ਬੱਚਾ ਸਟੱਡੀ ਫਿਨਿਸ਼ ਕਰਦਾ ਤੇ ਉਹ ਆਪਣੀ TR ਅਪਲਾਈ ਕਰਦਾ ਗ੍ਰੈਜੂਏਟ ਵਰਕ ਸਟ੍ਰੀਮ ਦੇ ਅੰਡਰ ਤਾਂ ਉਹਨੂੰ ਕੋਈ ਵੀ ਆਕੂਪੇਸ਼ਨ ਪਿੱਕ ਕਰਨੀ ਹੁੰਦੀ ਆ ਮੀਡੀਅਮ ਲੌਂਗ ਟਰਮ ਸਕਿੱਲ ਸਟ੍ਰੈਟਜਿਕ ਲਿਸਟ ਦੇ ਵਿੱਚੋਂ ਜੇ ਉਸਨੇ TR ਤੇ ਜਾਣਾ ਹੋਵੇ, 485 ਗ੍ਰੈਜੂਏਟ ਵੀਜ਼ੇ ਤੇ ਜਾਣਾ ਹੋਵੇ ਤਾਂ ਉਹ ਜ਼ਿਆਦਾ ਸ਼ੈਫ ਪਿੱਕ ਕਰੇਗਾ। ਜੇ ਉਹ ਐਜ਼ ਅ ਹੋਸਪਿਟੈਲਿਟੀ ਮੈਨੇਜਮੈਂਟ ਜਾਂ ਕੁੱਕਰੀ ਦੇ ਵਿੱਚ ਉਸਨੇ ਆਪਣਾ ਕੋਰਸ ਫਿਨਿਸ਼ ਕੀਤਾ ਹੈ ਤੇ ਕੁੱਕ ਉਹ ਨਹੀਂ ਲੈ ਸਕਦਾ ਕਿਉਂਕਿ ਉਹ ਮੀਡੀਅਮ ਲੌਂਗ ਟਰਮ ਸਕਿੱਲ ਸਟ੍ਰੈਟਜਿਕ ਲਿਸਟ 'ਚ ਨਹੀਂ ਹੈ, ਉਹ ਸ਼ਾਰਟ ਟਰਮ ਲਿਸਟ ਦੇ ਵਿੱਚ ਹੈ ਤੇ ਉਸ ਨੂੰ ਅਸੀਂ ਪਿਕ ਕਰਕੇ ਆਪਣਾ TR ਅਪਲਾਈ ਨਹੀਂ ਕਰ ਸਕਦੇ ਐਸ ਪਰ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟਸ ਨੇ ਜੋ ਆਪਣੇ ਕੋਲੇ। ਅੱਛਾ, ਆਪਾਂ ਫਿਰ ਜਾਈਏ ਜੋਬ ਰੈਡੀ ਪ੍ਰੋਗਰਾਮ ਦੇ ਉੱਤੇ। ਜਿਵੇਂ ਮੈਂ ਦੱਸਿਆ ਸੀ ਚਾਰ ਸਟੈਪ ਨੇ, ਪਹਿਲਾ ਸਟੈਪ ਜੋ ਹੈ ਪ੍ਰੋਵੀਜ਼ਨ ਸਕਿੱਲ ਅਸੈਸਮੈਂਟ ਮੈਂ ਪਹਿਲਾਂ ਦੱਸ ਚੁੱਕਿਆ ਹਾਂ, 360 ਘੰਟੇ ਦਾ ਐਕਸਪੀਰੀਅੰਸ, ਰੈਫਰੈਂਸ ਲੈਟਰ, ਪੇ ਸਲਿਪ, ਬੈਂਕ ਸਟੇਟਮੈਂਟਸ, ਸੁਪਰ ਵਗੈਰਾ ਇਸ ਚੀਜ਼ ਨੂੰ ਦਰਸਾਉਂਦੇ ਨੇ ਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਆ ਉਹ ਜੈਨੂਇਨ ਆ। ਤੇ ਹੁਣ ਜਦੋਂ ਆਪਾਂ ਪ੍ਰੀਵੀਅਸ ਸਕਿੱਲ ਅਸੈਸਮੈਂਟ ਕਰਵਾ ਲੈਂਦੇ ਹਾਂ ਉਸ ਦੇ ਗ੍ਰਾਂਟ ਹੋਣ ਤੋਂ ਬਾਅਦ
ਆਪਾਂ ਨੂੰ ਸਕਸੈਸਫੁਲ ਇੱਕ ਈਮੇਲ ਆਉਂਦੀ ਹੈ ਟੀਆਰਏ ਵੱਲੋਂ ਕਿ ਤੁਹਾਡਾ ਜਿਹੜਾ ਪਹਿਲਾ ਸਟੈਪ ਆ ਉਹ ਕੰਪਲੀਟ ਹੋ ਚੁੱਕਿਆ। ਜੇ ਤੁਸੀਂ ਉਸ ਟਾਈਮ ਆਪਣੀ ਟੀਆਰ ਅਪਲਾਈ ਕਰ ਦਿੱਤੀ ਹੋਈ ਹੈ, ਈਵਨ ਦੋ ਤੁਸੀਂ ਸੈਕਿੰਡ ਸਟੈਪ ਦੇ ਉੱਤੇ ਜਾ ਸਕਦੇ ਹੋ। ਸੈਕਿੰਡ ਸਟੈਪ ਹੈ ਜੋਬ ਰੈਡੀ ਇੰਪਲੋਇਮੈਂਟ, ਜਿਹਦੇ ਵਿੱਚ ਤੁਸੀਂ ਆਪਣੇ ਇੰਪਲੋਇਰ ਨੂੰ ਜਿਹਦੇ ਕੋਲੇ ਤੁਸੀਂ ਪਹਿਲਾਂ ਜਾਂ ਕੋਈ ਨਵੇਂ ਇੰਪਲੋਇਰ ਨੂੰ ਆਪਾਂ ਰਜਿਸਟਰ ਕਰ ਸਕਦੇ ਹਾਂ ਕਿਸ ਚੀਜ਼ ਲਈ, ਮਿਨੀਮਮ 1725 ਘੰਟਿਆਂ ਦੇ ਲਈ। 1725 ਜਿਹੜੇ ਘੰਟੇ ਨੇ ਉਹ ਅਪਰੋਕਸੀਮੇਟਲੀ ਇੱਕ ਸਾਲ ਦੇ ਵਿੱਚ ਪੂਰੇ ਹੁੰਦੇ ਨੇ। ਤੇ ਦੋਸਤੋ ਦੂਜੇ ਸਟੈਪ 'ਚ ਕੁਛ ਜ਼ਿਆਦਾ ਨਹੀਂ ਕਰਨਾ ਪਵੇਗਾ, ਸਿਰਫ ਤੇ ਸਿਰਫ ਤੁਹਾਡੇ ਆਨਲਾਈਨ ਪੋਰਟਲ ਦੇ ਉੱਤੇ ਜਿੱਥੇ ਤੁਸੀਂ ਪਹਿਲਾ ਸਟੈਪ ਕੰਪਲੀਟ ਕੀਤਾ ਹੈ, ਤੁਸੀਂ ਜਾ ਕੇ ਆਪਣੇ ਨਵੇਂ ਇੰਪਲੋਇਰ ਨੂੰ ਜਾਂ ਸੇਮ ਇੰਪਲੋਇਰ ਨੂੰ ਰਜਿਸਟਰ ਕਰਾਉਣਾ ਹੋਵੇਗਾ। ਉਹਦੇ ਲਈ ਤੁਹਾਨੂੰ ਦੱਸਣਾ ਪਵੇਗਾ ਉੱਥੇ ਕਿ ਤੁਸੀਂ ਕਿਹੜੀਆਂ ਕਿਹੜੀਆਂ ਡਿਊਟੀਜ਼ ਵਗੈਰਾ ਤੇ ਕਿਸ ਕਿਸ ਟਾਈਮ ਤੇ ਕਿਹੜੀ ਲੋਕੇਸ਼ਨ ਤੇ ਕਰਨ ਜਾ ਰਹੇ ਹੋ। ਤੇ ਉਹ ਐਪਲੀਕੇਸ਼ਨ ਤੁਸੀਂ ਆਨਲਾਈਨ ਕਰਨ ਤੋਂ ਬਾਅਦ ਸਾਰੇ ਡਾਕੂਮੈਂਟ TRA ਨੂੰ ਤੁਸੀਂ ਪੋਸਟ ਵੀ ਕਰਦੇ ਹੋ। ਦੋਸਤੋ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜੇ ਕਿਸੇ ਵੀ ਮੇਰੇ ਵੀਰ ਨੇ ਜਾਂ ਭੈਣ ਨੇ ਪਹਿਲਾਂ ਕੋਈ ਐਕਸਪੀਰੀਅੰਸ ਉਸ ਤੋਂ ਪਹਿਲਾਂ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਤੁਸੀਂ ਕਰਵਾ ਲਈ ਹੈ ਤੇ ਉਸ ਤੋਂ ਬਾਅਦ ਤੁਸੀਂ ਮਹੀਨਾ ਜਾਂ 2 ਮਹੀਨੇ ਜਾਂ 3 ਮਹੀਨੇ ਤੁਸੀਂ ਕਿਸੇ ਇੰਪਲੋਇਰ ਦੇ ਕੋਲੇ ਕੰਮ ਕੀਤਾ ਤੇ ਤੁਸੀਂ ਸੈਕਿੰਡ ਸਟੈਪ ਕਰਨ ਜਾ ਰਹੇ ਹੋ, ਤਾਂ ਤੁਸੀਂ ਉੱਥੇ ਆਪਣੇ 3 ਮਹੀਨੇ, ਜ਼ਿਆਦਾ ਤੋਂ ਜ਼ਿਆਦਾ 3 ਮਹੀਨੇ TRA ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਆਪਣੀ ਪ੍ਰੀਵੀਅਸ ਜਿਹੜੀ ਪ੍ਰਾਇਅਰ ਇੰਪਲੋਇਮੈਂਟ ਆ ਉਹਨੂੰ ਤੁਸੀਂ ਇਨਕਲੂਡ ਕਰ ਸਕਦੇ ਹੋ 1725 ਘੰਟਿਆਂ ਦੇ ਵਿੱਚ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ 1725 ਘੰਟੇ ਤੁਸੀਂ ਇੱਕ ਸਾਲ ਦੇ ਵਿੱਚ ਪੂਰੇ ਕਰਨੇ ਨੇ, ਤਾਂ ਤੁਹਾਨੂੰ TRA ਇੱਥੇ ਆਫਰ ਦਿੰਦਾ ਹੈ ਕਿ ਤੁਸੀਂ ਭਾਈ ਪਿਛਲੇ ਜਿਹੜੇ 3 ਮਹੀਨੇ ਨੇ ਉਹਨਾਂ ਨੂੰ ਤੁਸੀਂ ਮਾਈਨਸ ਕਰਵਾ ਲਓ ਤੇ ਟੋਟਲ 1725 ਘੰਟੇ ਤੁਸੀਂ ਕੰਪਲੀਟ ਕਰਨੇ ਨੇ, ਇਨਕਲੂਡਿੰਗ ਦ ਪ੍ਰੀਅਰ ਇੰਪਲੋਇਮੈਂਟ ਦੈਟ ਯੂ ਹੈਵ ਕੰਪਲੀਟਿਡ ਬਿਫੋਰ ਦ ਜੋਬ ਰੈਡੀ ਇੰਪਲੋਇਮੈਂਟ ਰਜਿਸਟ੍ਰੇਸ਼ਨ। ਠੀਕ ਹੈ ਜੀ, ਤੇ ਉਹਦੇ ਲਈ ਤੁਹਾਨੂੰ ਇੱਕ ਫੇਰ ਡਾਕੂਮੈਂਟੇਸ਼ਨ ਵਗੈਰਾ ਦੇਣੇ ਪੈਣਗੇ ਆਪਣੇ ਇੰਪਲੋਇਰ ਤੋਂ ਲਿਖਾ ਕੇ ਕਿ ਤੁਸੀਂ ਇੱਥੇ ਪਹਿਲਾਂ ਐਕਸਪੀਰੀਅੰਸ ਕੀਤਾ ਹੈ ਤੇ ਤੁਸੀਂ ਹੁਣ ਉਹ ਜਿਹੜੇ ਘੰਟੇ ਨੇ ਆਪਣਾ 1725 ਘੰਟਿਆਂ ਦੇ ਵਿੱਚੋਂ ਡਿਡਕਟ ਕਰਵਾਉਣਾ ਚਾਹੁੰਦੇ ਹੋ। ਤੇ ਫਿਰ ਉਹ ਸੈਕਿੰਡ ਸਟੈਪ ਉੱਥੇ ਜਦੋਂ ਤੁਸੀਂ ਭੇਜ ਦਿੰਦੇ ਹੋ TRA ਨੂੰ, ਤੇ TRA ਤੁਹਾਨੂੰ ਕਾਲ ਕਰੇਗਾ ਜਾਂ ਈਮੇਲ ਕਰੇਗਾ ਜਾਂ ਤੁਹਾਡੇ ਇੰਪਲੋਇਰ ਨੂੰ, ਤੇ ਉਹ ਇੱਕ ਵਾਰ ਤੁਹਾਡੀ ਲੋਕੇਸ਼ਨ ਤੇ ਜ਼ਰੂਰ ਆਵੇਗਾ ਦੇਖਣ ਜਿੱਥੇ ਤੁਸੀਂ 1725 ਘੰਟੇ ਕੰਪਲੀਟ ਕਰਨ ਜਾ ਰਹੇ ਹੋ। ਤੇ ਉਹ ਆ ਕੇ ਕਿਉਂਕਿ ਉਹ ਲੋਕੇਸ਼ਨ ਦੇਖਣਾ ਚਾਹੁੰਦਾ ਹੈ ਕਿ ਜਿਹੜੀ ਤੁਸੀਂ ਲੋਕੇਸ਼ਨ ਦੇ ਉੱਤੇ ਐਕਸਪੀਰੀਅੰਸ ਕਰਨਾ, ਜੋਬ ਰੈਡੀ ਇੰਪਲੋਇਮੈਂਟ ਕਰਨਾ, 1725 ਘੰਟੇ ਦੀ ਇੰਪਲੋਇਮੈਂਟ ਕਰਨੀ ਆ, ਤੇ ਉਹ ਜਿਹੜੀ ਜਗ੍ਹਾ ਵਾ ਉਹਦੀ ਲੋਕੇਸ਼ਨ ਐਸ ਪਰ ਯੂਅਰ ਜੋਬ ਪੋਜੀਸ਼ਨ ਹੈਗੀ ਕਿ ਨਹੀਂ ਹੈਗੀ। ਜਿਵੇਂ ਤੁਸੀਂ ਐਜ਼ ਆ ਸ਼ੈਫ ਤੁਸੀਂ ਆਪਣਾ ਜੋਬ ਰੈਡੀ ਪ੍ਰੋਗਰਾਮ ਕਰ ਰਹੇ ਹੋ, ਤਾਂ ਉਹ ਆ ਕੇ ਦੇਖੇਗਾ ਕਿ ਇੱਥੇ ਵਾਕਈ ਸ਼ੈਫ ਦੀ ਜ਼ਰੂਰਤ ਹੈ ਜਾਂ ਨਹੀਂ ਹੈ, ਜਾਂ ਕੋਈ ਇੱਦਾਂ ਦਾ ਹੀ ਕੋਈ ਰੈਸਟੋਰੈਂਟ ਜਾਂ ਇੱਦਾਂ ਦਾ ਹੀ ਕੋਈ ਟੇਕਵੇ ਜਾਂ ਕੌਫੀ ਸ਼ਾਪ ਹੈ ਜਿੱਥੇ ਬਿਨਾਂ ਵਜਾਈ ਸ਼ੈਫ ਦੀ ਪੋਜੀਸ਼ਨ ਕ੍ਰੀਏਟ ਕੀਤੀ ਗਈ ਹੈ। ਇੱਦਾਂ ਹੀ ਦੋਸਤੋ ਮੋਟਰ ਮਕੈਨਿਕ ਹੋ ਗਿਆ, ਆਪਣਾ ਪੇਂਟਰ ਹੋ ਗਿਆ, ਜਾਂ ਅਲੱਗ ਅਲੱਗ ਤਰ੍ਹਾਂ ਦੀ ਜਿੰਨੀਆਂ ਵੀ ਟ੍ਰੇਡਸ ਨੇ ਉਹ ਸਾਰੀਆਂ ਟ੍ਰੇਡਸ ਦੀ ਉਹਨਾਂ ਨੇ ਆ ਕੇ ਉੱਥੇ ਲੋਕੇਸ਼ਨ ਚੈੱਕ ਕਰਨੀ ਹੁੰਦੀ ਹੈ ਕਿ ਮੋਟਰ ਮਕੈਨਿਕ ਹੈ, ਪ੍ਰੋਪਰ ਇੱਥੇ ਮੋਟਰ ਮਕੈਨਿਕ ਦੀਆਂ ਡਿਊਟੀਜ਼ ਨਿਭਾਈਆਂ ਜਾਂਦੀਆਂ ਨੇ ਕਿ ਨਹੀਂ, ਕਿ ਜਸਟ ਇੱਥੇ ਸਿੰਪਲ ਫਾਰਮੈਲਿਟੀਜ਼ ਹੀ ਹੈ ਜਸਟ ਫੋਰ ਦਾ ਸੇਕ ਆਫ ਜੋਬ ਰੈਡੀ ਪ੍ਰੋਗਰਾਮ। ਤਾਂ ਦੋਸਤੋ ਉਹ ਤੁਹਾਨੂੰ ਪਹਿਲਾਂ ਦੱਸੇਗਾ ਕਿ ਮੈਂ ਉੱਥੇ ਆਉਣਾ ਹੈ, ਤੇ ਉੱਥੇ ਆ ਕੇ ਤੁਹਾਡਾ ਕੋਈ ਟੈਸਟ ਵਗੈਰਾ ਨਹੀਂ ਹੋਣਾ, ਉੱਥੇ ਆ ਕੇ ਸਿਰਫ ਤੇ ਸਿਰਫ ਉਹਨੇ ਤੁਹਾਡੀ ਜਗ੍ਹਾ ਹੀ ਚੈੱਕ ਕਰਨੀ ਹੈ ਕਿ ਉੱਥੇ ਤੁਸੀਂ ਡਿਊਟੀਜ਼ ਪਰਫਾਰਮ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਉਸ ਤੋਂ ਬਾਅਦ ਐਵਰੀ ਮੰਥ ਉਹ ਤੁਹਾਨੂੰ ਇੱਕ ਪੋਰਟਲ ਦਾ ਲਿੰਕ ਭੇਜੇਗਾ ਤੇ ਉਹ ਤੁਹਾਨੂੰ ਕਹੇਗਾ ਭਾਈ ਜਿਹੜੀਆਂ ਵੀ ਤੁਸੀਂ ਇੱਕ ਮਹੀਨੇ ਦੇ ਵਿੱਚ ਡਿਊਟੀਜ਼ ਵਗੈਰਾ ਤੁਸੀਂ ਕੀਤੀਆਂ ਮੇਰੇ ਨਾਲ ਟੱਚ 'ਚ ਰਹੋ ਤੇ ਮੈਨੂੰ ਅਪਡੇਟ ਕਰਦੇ ਰਹੋ ਕਿ ਤੁਸੀਂ ਕੀ ਕਰ ਰਹੇ ਹੋ, ਓਵਰਕਮ ਕਰ ਰਹੇ ਹੋ, ਸਿੱਖ ਰਹੇ ਹੋ, ਜਾਂ ਤੁਹਾਨੂੰ ਕੋਈ ਡਿਫੀਕਲਟੀਜ਼ ਆ ਰਹੀਆਂ ਫੇਸ ਕਰ ਰਹੇ ਹੋ, ਤੁਹਾਡਾ ਸੁਪਰਵਾਈਜ਼ਰ ਆ ਜਿਹੜਾ ਤੁਹਾਨੂੰ ਅਸਿਸਟ ਕਰ ਰਿਹਾ, ਦੈਟ ਸੋਰਟ ਆਫ ਥਿੰਗ ਯੂ ਗੈਟ ਟੂ ਨੋ ਈਜ਼ੀਲੀ ਆਫਟਰ ਗੈਟਿੰਗ ਇਨ ਟੂ ਦਿਸ ਪਾਥਵੇ। ਤੇ ਇਹ ਤਾਂ ਹੋ ਗਿਆ ਸੈਕਿੰਡ ਸਟੈਪ। ਥਰਡ ਸਟੈਪ ਹੈ ਜਦੋਂ ਤੁਸੀਂ 1725 ਦੇ ਵਿੱਚੋਂ 863 ਘੰਟੇ ਆਲਮੋਸਟ ਹਾਫ ਅੱਧ ਜੋ ਕਿ 6 ਮਹੀਨੇ ਆਪਾਂ ਕਹਿ ਲਈਏ, ਜਦੋਂ ਤੁਸੀਂ 863 ਘੰਟੇ ਫਿਨਿਸ਼ ਕਰ ਦਿੰਦੇ ਹੋ, ਤਾਂ 863 ਘੰਟੇ ਫਿਨਿਸ਼ ਕਰਨ ਤੋਂ ਬਾਅਦ ਤੁਹਾਨੂੰ TRA ਨੂੰ ਨੋਟੀਫਾਈ ਕਰਾਉਣਾ ਹੋਵੇਗਾ ਤੇ TRA ਤੁਹਾਡਾ ਆ ਕੇ ਉੱਥੇ ਉਸ ਲੋਕੇਸ਼ਨ ਤੇ ਟੈਸਟ ਲਵੇਗਾ। ਜਦੋਂ TRA ਤੁਹਾਡਾ ਟੈਸਟ ਲਵੇਗਾ ਉਹਦੇ ਵਿੱਚ ਓਬਵੀਅਸਲੀ ਉਹ ਤੁਹਾਨੂੰ ਉਹੀ ਚੀਜ਼ਾਂ ਪੁੱਛੇਗਾ ਜੋ ਤੁਸੀਂ TRA ਨੂੰ ਇਨਫੋਰਮ ਕਰਦੇ ਰਹੇ ਹੋ ਪੋਰਟਲ ਦੇ ਵਿੱਚ ਕਿ ਮੈਂ ਆਹ ਚੀਜ਼ ਕੀਤੀ, ਹੁਣ ਮੈਂ ਇੱਥੇ ਹਾਂ ਤੇ ਹੁਣ ਮੇਰੀ ਆਹ ਸਟੇਜ ਆ, ਤੇ ਉਹ ਉੱਥੇ ਆ ਕੇ ਤੁਹਾਨੂੰ ਉਦਾਂ ਦਾ ਟੈਸਟ ਲਵੇਗਾ ਤੇ ਟੈਸਟ ਲੈਣ ਤੋਂ ਬਾਅਦ ਉਹ ਤੁਹਾਨੂੰ ਦੱਸੇਗਾ ਕਿ ਤੁਸੀਂ ਪਾਸ ਹੋ ਜਾਂ ਫੇਲ ਹੋ। ਜੇ ਫੇਲ ਹੋ ਗਿਆ ਦੋਸਤੋ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਦੂਜੀ ਵਾਰ ਫੇਰ ਉਹ ਆਵੇਗਾ, ਉਹਦੇ ਐਕਸਟਰਾ ਚਾਰਜਿਸ ਦੇਣੇ ਪੈਣਗੇ, ਅਪਰੋਕਸੀਮੇਟਲੀ $2,000 ਫੋਰ ਦਾ ਟੈਸਟ ਦੈਟ ਯੂ ਵਾਂਟ ਟੂ ਗੋ ਫੋਰ TRA ਅਗੇਨ।
ਠੀਕ ਹੈ ਜੀ। ਤੇ ਇਹ ਸੀ ਥਰਡ ਸਟੈਪ। 863 ਘੰਟੇ ਪੂਰੇ ਹੋਣ ਤੇ TRA ਤੁਹਾਡਾ ਕਿ ਟੈਸਟ ਲਵੇਗਾ ਤੁਹਾਡੀ ਲੋਕੇਸ਼ਨ ਦੇ ਉੱਤੇ, ਤੇ ਉੱਥੇ ਤੁਹਾਨੂੰ ਉਹ ਕੰਪੀਟੈਂਸੀ ਦੇਵੇਗਾ ਕਿ ਤੁਸੀਂ ਆਪਣਾ ਐਸ ਪਰ ਦਾ ਗਾਈਡਲਾਈਨਸ ਤੁਸੀਂ ਉਹ ਸਾਰੀਆਂ ਰਿਕੁਆਇਰਮੈਂਟਸ ਮੀਟ ਕਰਦੇ ਹੋ, ਤੁਸੀਂ ਉਸ ਚੀਜ਼ ਤੇ ਸਟੈਂਡ ਕਰਦੇ ਹੋ ਕਿ ਨਹੀਂ ਕਰਦੇ। ਤੇ ਚੌਥੇ ਸਟੈਪ ਤੇ ਆਪਾਂ ਜਾਈਏ। ਚੌਥਾ ਸਟੈਪ ਹੈ ਜੌਬ ਰੈਡੀ ਵਰਕ ਪਲੇਸ, ਜੌਬ ਰੈਡੀ ਫਾਈਨਲ ਅਸੈਸਮੈਂਟ। ਥਰਡ ਸੀ ਜੌਬ ਰੈਡੀ ਵਰਕ ਪਲੇਸ ਅਸੈਸਮੈਂਟ, ਥਰਡ ਜੌਬ ਰੈਡੀ ਫਾਈਨਲ ਅਸੈਸਮੈਂਟ। ਫਾਈਨਲ ਅਸੈਸਮੈਂਟ ਦੇ ਵਿੱਚ ਤੁਹਾਡਾ ਦੁਆਰਾ ਕੋਈ ਟੈਸਟ ਨਹੀਂ ਹੋਣਾ ਅਗਰ ਤੁਸੀਂ ਤੀਜੇ ਵਾਲਾ ਕਲੀਅਰ ਕਰ ਚੁੱਕੇ ਹੋ। ਸਿਰਫ ਤੁਸੀਂ TRA ਨੂੰ ਇਨਫੋਰਮ ਹੀ ਕਰਨਾ ਕਿ ਸਾਡੇ 1725 ਘੰਟੇ ਪੂਰੇ ਹੋ ਗਏ ਨੇ, ਤੇ 1725 ਘੰਟੇ ਪੂਰੇ ਹੋਣ ਤੋਂ ਬਾਅਦ TRA ਨੇ ਤੁਹਾਨੂੰ ਆਪਣੀ ਜੋ ਜੋ ਰਿਕੁਆਇਰਮੈਂਟ ਪੇ ਸਲਿਪ ਵਗੈਰਾ ਚਾਹੀਦੀ ਆ ਕਿ ਤੁਸੀਂ 1 ਸਾਲ ਪੂਰਾ ਕੀਤਾ, ਬੈਂਕ ਸਟੇਟਮੈਂਟ ਵਗੈਰਾ ਤੇ ਰੈਫਰੈਂਸ ਲੈਟਰ ਸੇਮ ਫਰੋਮ ਦ ਸੇਮ ਇੰਪਲੋਇਰ ਦੈਟ ਯੂ ਹੈਵ ਡਨ ਲਾਈਕ ਹੋਲ ਪ੍ਰੋਸੈਸ, ਦੈਨ ਯੂ ਹੈਵ ਟੂ ਪ੍ਰੋਵਾਈਡ ਦੈਟ ਟੂ TRA। TRA ਨੂੰ ਜਦੋਂ ਆਪਾਂ ਉਹ ਸਾਰੀ ਚੀਜ਼ ਦੇਣੇ ਆ ਤਾਂ ਤੁਹਾਡੇ ਕੋਲ ਸਕਿੱਲ ਅਸੈਸ ਫੁੱਲ ਸਕਿੱਲ ਅਸੈਸਮੈਂਟ ਆ ਜਾਂਦੀ ਆ, ਜਿਹਦੇ ਨਾਲ ਤੁਹਾਨੂੰ ਐਕਸਟਰਾ 5 ਪੁਆਇੰਟ ਵੀ ਮਿਲਦੇ ਨੇ ਟੁਵਰਡਸ ਯੂਅਰ ਪਾਥਵੇ ਟੂ PR। ਤੇ ਦੋਸਤੋ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਤੇ ਤੁਹਾਨੂੰ ਇੱਕ ਭਰਾਉਣ ਦੀ ਲੋੜ ਨਹੀਂ, ਜੇ ਤੁਸੀਂ ਇੱਕ ਵਾਰ ਕਿਸੇ ਵੀ ਇੰਪਲੋਇਰ ਨੂੰ ਰਜਿਸਟਰਡ ਕਰਾ ਲਿਆ ਕਿ ਤੁਸੀਂ ਦੁਬਾਰਾ ਕਿਸੇ ਇੰਪਲੋਇਰ ਨੂੰ ਰਜਿਸਟਰ ਨਹੀਂ ਕਰਾ ਸਕਦੇ। ਤੁਸੀਂ ਦੁਬਾਰਾ ਵੀ ਕਿਸੇ ਇੰਪਲੋਇਰ ਨੂੰ ਰਜਿਸਟਰਡ ਕਰਵਾ ਸਕਦੇ ਹੋ ਉਸ ਜੋਬ ਰੈਡੀ ਪ੍ਰੋਗਰਾਮ, ਸੋਰੀ ਜੋਬ ਰੈਡੀ ਇੰਪਲੋਇਮੈਂਟ ਦੇ ਲਈ, ਜੇ ਪਹਿਲਾ ਇੰਪਲੋਇਰ ਤੁਹਾਡਾ ਬਿਜ਼ਨਸ ਕਲੋਜ਼ ਕਰ ਜਾਂਦਾ ਮਹੀਨੇ ਜਾਂ 2 ਮਹੀਨੇ ਬਾਅਦ ਆਫਟਰ ਦਾ ਰਜਿਸਟ੍ਰੇਸ਼ਨ ਡਨ, ਜਾਂ ਪਹਿਲਾ ਇੰਪਲੋਇਰ ਤੁਹਾਨੂੰ ਇੰਪਲੋਏ ਨਹੀਂ ਕਰਨਾ ਚਾਹੁੰਦਾ ਤੇ ਤੁਹਾਨੂੰ ਕਹਿੰਦਾ ਕਿ ਭਾਈ ਆਪਣਾ ਕਿਤੇ ਹੋਰ ਦੇਖ ਲਓ, ਤਾਂ ਤੁਸੀਂ ਵੀ ਆਪਣਾ ਕੋਈ ਹੋਰ ਇੰਪਲੋਇਰ ਭਾਲ ਕੇ ਦੁਬਾਰਾ ਫੇਰ ਉਸ ਨੂੰ ਰਜਿਸਟਰ ਕਰਵਾ ਸਕਦੇ ਹੋ, ਤੇ ਤੁਸੀਂ ਉਹ ਆਵਰਸ ਵੀ ਉਹਦੇ ਵਿੱਚ ਇਨਕਲੂਡ ਕਰਵਾ ਸਕਦੇ ਹੋ ਵੈਨ ਯੂ ਗੋ ਫਾਰ ਦਾ ਨੈਕਸਟ ਇੰਪਲੋਇਮੈਂਟ। ਤੇ ਇਹ ਸੀ ਦੋਸਤੋ ਜੋਬ ਰੈਡੀ ਪ੍ਰੋਗਰਾਮ ਦੇ ਦੌਰਾਨ ਜਦੋਂ ਆਪਾਂ ਸਕਿੱਲ ਅਸੈਸਮੈਂਟ ਲੈਂਦੇ ਹਾਂ TRA ਤੋਂ ਡਿਫਰੈਂਟ ਡਿਫਰੈਂਟ ਟ੍ਰੇਡ ਦੇ ਅੰਦਰ। ਤੇ ਇੱਕ ਹੋਰ TRA ਦਾ ਪਾਥਵੇ ਆ ਇਫ ਯੂ ਵਾਂਟ ਟੂ ਗੋ ਫਾਰ ਦਾ ਮਾਈਗ੍ਰੇਸ਼ਨ ਸਕਿੱਲ ਅਸੈਸਮੈਂਟ ਲਾਈਕ ਡਾਇਰੈਕਟਲੀ ਰਾਦਰ ਦੈਨ ਗੋਇੰਗ ਫਾਰ ਦਾ ਜੋਬ ਰੈਡੀ ਪ੍ਰੋਗਰਾਮ। ਉਹ ਕੀ ਹੈ ਦੋਸਤੋ, ਜਿਵੇਂ ਕੋਈ ਵੀ ਮੇਰਾ ਵੀਰ ਭਰਾ 457 ਵੀਜ਼ੇ ਤੇ ਹੋਵੇ, RSMS ਵੀਜ਼ੇ ਤੇ ਹੋਵੇ, ਤੇ ਉਹਨੇ ਮਤਲਬ ਕਿ 3 ਸਾਲ 457 ਦੇ ਉੱਤੇ ਲਗਾ ਲਏ ਹੋਣ, ਤੇ ਉਸ ਤੋਂ ਬਾਅਦ ਤੇ ਉਹਨੂੰ ਲੱਗ ਰਿਹਾ ਹੋਵੇ ਕਿ 186 ਪਾਉਣਾ ਉਹਦੇ ਲਈ ਸਹੀ ਨਹੀਂ ਹੈ ਕਿਉਂਕਿ ਉਹਦੇ ਇੰਪਲੋਇਰ ਦੀਆਂ ਜਿਹੜੀਆਂ ਆਪਣੀਆਂ ਫਾਈਨੈਂਸ਼ੀਅਲ ਜਾਂ ਸਥਿਤੀ ਸਹੀ ਨਹੀਂ ਹੈ ਤੇ ਉਹਦੇ ਨਾਲ ਉਹਦੀ ਰਿਜੈਕਸ਼ਨ ਆ ਸਕਦੀ ਹੈ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਇੱਕ ਵਾਰ ਸਾਨੂੰ ਆਉਸੀਜ਼ ਗਰੁੱਪ ਨੂੰ ਆ ਕੇ ਮਿਲੋ, ਸਾਡੇ ਜਿਹੜੇ ਆਫਿਸਿਸ ਨੇ ਆਲ ਓਵਰ ਆਸਟ੍ਰੇਲੀਆ ਨੇ ਆਲਮੋਸਟ ਨਾਓ, ਸਾਡਾ ਇੱਕ ਆਫਿਸ ਮੈਲਬਰਨ ਚ, ਕਲੇਟਨ ਦੇ ਵਿੱਚ, ਬ੍ਰਿਸਬੇਨ ਦੇ ਵਿੱਚ ਵੀ ਹੈ, ਸਾਡਾ ਆਫਿਸ ਪਰਥ ਵੀ ਹੈ, ਐਡਲੇਡ ਵੀ ਹੈ, ਅਸੀਂ ਸਿਡਨੀ ਦੇ ਵਿੱਚ ਵੀ ਹਾਂ। ਦੋਸਤੋ ਅਸੀਂ ਤਕਰੀਬਨ ਬਹੁਤ ਹੀ ਤੁਹਾਡੇ ਨਜ਼ਦੀਕ ਨੇੜੇ ਤੇੜੇ ਕਿਸੇ ਨਾ ਕਿਸੇ ਆਪਣਾ ਸਟੇਟ ਦੇ ਵਿੱਚ ਸਾਡਾ ਆਫਿਸ ਹੈ। ਪਲੀਜ਼ ਇੱਕ ਵਾਰ ਆ ਕੇ ਤੁਸੀਂ ਜ਼ਰੂਰ ਮਿਲੋ, ਤੇ ਤੁਹਾਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਮੁਸ਼ਕਿਲ ਹੋਵੇ ਅਸੀਂ ਉਸ ਚੀਜ਼ ਦੇ ਲਈ ਤੁਹਾਡੇ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਜਿਵੇਂ ਮੈਂ ਦੱਸ ਰਿਹਾ ਸੀ ਕਿ 3 ਸਾਲ ਦਾ ਐਕਸਪੀਰੀਅੰਸ ਆਪਾਂ ਨੂੰ ਆਫਸ਼ੋਰ ਸਕਿੱਲ ਅਸੈਸਮੈਂਟ ਦੇ ਲਈ ਚਾਹੀਦਾ। ਤੇ ਦੋਸਤੋ ਉਹ ਆਫਸ਼ੋਰ ਸਕਿੱਲ ਅਸੈਸਮੈਂਟ ਜਿਹਦਾ ਤੁਹਾਡੀ ਓਕੂਪੇਸ਼ਨ ਕਿਸੇ ਵੀ RTO ਦੇ ਅੰਡਰ ਆਉਂਦੀ ਹੈ। RTO ਮੀਨਸ ਫਸਟ ਵੀ ਹੈਵ ਟੂ ਗੋ ਫਾਰ TRA। TRA ਦੇ ਅੰਡਰ ਜਾਂਦੇ ਆ, TRA ਸਾਨੂੰ ਕਹਿੰਦਾ ਕਿ ਭਾਈ ਪਹਿਲਾਂ ਤੁਸੀਂ ਓਕੂਪੇਸ਼ਨ ਆਪਣੀ ਦੱਸੋ ਤੁਹਾਡੀ ਕੀ ਹੈ। ਜਿਹਦਾ ਤੁਹਾਡੀ ਓਕੂਪੇਸ਼ਨ ਕਿਸੇ ਪਰਟੀਕੁਲਰ RTO ਦੇ ਅੰਡਰ ਆਉਂਦੀ ਹੈ, ਜਿਵੇਂ ਵੱਖ ਵੱਖ RTO ਨੇ ਸਾਡੇ ਕੋਲੇ, ਵਿਕਟੋਰੀਆ ਯੂਨੀਵਰਸਿਟੀ ਵੈਡਸਿਸ ਜਿਹੜੀ TRA ਦੇ ਅੰਡਰ ਹੈ, ਵਿਲੀਅਮ ਐਂਜਲਸ ਇਫ ਯੂ ਵਾਂਟ ਟੂ ਗੋ ਫਾਰ ਸ਼ੈਫ ਕੁੱਕ ਪੈਟਿਸਰੀ, ਤਾਂ ਵਿਲੀਅਮ ਐਂਜਲਸ ਵੀ ਕਰਦਾ ਹੈ ਉਸਨੂੰ। ਤੇ ਦੋਸਤੋ ਫਿਰ ਆਪਾਂ ਉਹਨਾਂ RTO ਦੇ ਅੰਡਰ ਜਾਵਾਂਗੇ, ਜਿਵੇਂ ਕਿ ਕੋਈ ਪੇਂਟਰ ਹੈ ਤਾਂ ਉਸਨੂੰ TRA ਤੋਂ ਡਾਇਰੈਕਟ ਆਪਣੀ ਸਕਿੱਲ ਅਸੈਸਮੈਂਟ ਕਰਵਾਉਣੀ ਪਵੇਗੀ। ਇਹ ਸੇਮ ਪਾਥਵੇ ਹੈ, ਇੱਦਾਂ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਕਿ ਮੇਰਾ ਜਿਹੜਾ ਕੋਈ ਵੀ ਓਕੂਪੇਸ਼ਨ ਆ ਤੇ ਉਹ RTO ਚ ਨਹੀਂ ਆਉਂਦਾ, ਤੇ ਹੁਣ TRA ਦੀ ਕੋਈ ਡਿਫਰੈਂਟ ਗਾਈਡਲਾਈਨਸ ਹੋਊ ਤੇ ਫਿਰ ਹੁਣ ਮੇਰਾ ਕੀ ਬਣੂਗਾ, ਤੇ ਕੋਈ ਇਹ ਚ ਘਬਰਾਉਣ ਵਾਲੀ ਲੋੜ ਨਹੀਂ। TRA ਕੁਝ ਨੂੰ ਆਪ ਕਰਦਾ, ਕੁਝ ਉਹਨਾਂ ਨੇ ਕੋਈ ਪਰਟੀਕੁਲਰ RTO ਰੱਖੇ ਹੋਏ ਨੇ ਕਿ RTO ਦੇ ਅੰਡਰ ਹੀ ਅਸੈਸਮੈਂਟ ਹੁੰਦੀ ਹੈ। ਉਹ RTO ਦੇ ਅੰਡਰ ਉਦੋਂ ਅਸੈਸਮੈਂਟ ਹੁੰਦੀ ਹੈ ਜਦੋਂ ਤੁਹਾਡਾ ਜਿਹੜਾ ਆਕੂਪੇਸ਼ਨ ਹੈ ਪਰਟੀਕੁਲਰ ਕੰਟਰੀਜ਼ ਦੇ ਅੰਡਰ ਆਉਂਦਾ। ਤੁਸੀਂ ਸਾਨੂੰ ਆ ਕੇ ਮਿਲੋ, ਅਸੀਂ ਤੁਹਾਨੂੰ ਕਲੀਅਰਲੀ ਔਨ ਦਾ ਪੇਪਰ ਆਪਣਾ ਪੂਰਾ ਡੀਪਲੀ ਸਮਝਾਵਾਂਗੇ ਕਿ ਕਿੱਦਾਂ ਕਰਕੇ ਤੁਹਾਡੀ ਅਸੈਸਮੈਂਟ ਆ ਜਿਹੜੀ ਉਹ ਸਕਸੈਸਫੁਲੀ ਆਊਟਕਮ ਆ ਸਕਦਾ ਉਹਦਾ। ਤੇ ਅੱਛਾ, 3 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਦੋਸਤੋ, ਉਹ ਤੁਹਾਡਾ ਫੁੱਲ ਟਾਈਮ ਵੀ ਹੋ ਸਕਦਾ, ਉਹ ਪਾਰਟ ਟਾਈਮ ਵੀ ਹੋ ਸਕਦਾ। ਜਿਵੇਂ ਕਿ ਜਦੋਂ ਫੁੱਲ ਟਾਈਮ ਦੀ ਆਪਾਂ ਗੱਲ ਕਰੀਏ, ਮਿਨੀਮਮ 38 ਆਵਰਸ ਪਰ ਵੀਕ ਹੋਣਾ ਚਾਹੀਦਾ, ਤੇ ਪਾਰਟ ਟਾਈਮ ਆ ਮਿਨੀਮਮ ਜਿਹੜਾ ਉਹ 20 ਆਵਰਸ ਪਰ ਵੀਕ ਹੋਣਾ ਚਾਹੀਦਾ। ਦੋਸਤੋ ਫਿਰ ਆਪਾਂ ਇਸ ਚੀਜ਼ ਨੂੰ ਧਿਆਨ ਵਿੱਚ ਲਈਏ ਕਿ ਜਦੋਂ ਆਪਾਂ 20 ਆਵਰਸ ਦੀ ਗੱਲ ਕਰਦੇ ਹਾਂ, ਤੇ ਕਈ ਵਾਰ ਆਪਣੇ ਦੋਸਤ ਸੋਚਦੇ ਨੇ ਕਿ 20 ਆਵਰਸ ਕੈਨ ਬੀ ਡਿਊਰਿੰਗ ਕੁਆਲੀਫਿਕੇਸ਼ਨ, ਇਹ 20 ਆਵਰ ਹੈ ਜਿਹੜਾ ਇਹ ਆਫਟਰ ਕੁਆਲੀਫਿਕੇਸ਼ਨ ਹੀ ਹੋਣਾ ਚਾਹੀਦਾ।
ਤੇ ਉਹਦੇ ਲਈ ਕੋਈ ਪਾਰਟੀਕੂਲਰ ਆਪਣੇ ਕੋਲੇ ਡਾਕੂਮੈਂਟੇਸ਼ਨ ਵੀ ਹੋਣੇ ਚਾਹੀਦੇ ਨੇ ਕਿ ਤੁਸੀਂ 20 ਆਵਰ ਕੰਮ ਕੀਤਾ, ਸਿਰਫ ਰੈਫਰੈਂਸ ਲੈਟਰ ਵਿਲ ਨਾਟ ਹੈਲਪ। ਯੂ ਨੀਡ ਟੂ ਪ੍ਰੋਵਾਈਡ ਲਾਈਕ ਆਲ ਪੇ ਸਲਿੱਪ ਵਗੈਰਾ ਤੇ ਬੈਂਕ ਸਟੇਟਮੈਂਟ ਜਿਹੜੀਆਂ ਕਿ ਉਸਨੂੰ ਪ੍ਰੂਵ ਕਰ ਸਕਣ ਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਆ ਉਹ ਜੈਨੂਇਨ ਆ। ਤੇ 2 ਸਾਲ ਦਾ ਜਿਸ ਕਿਸੇ ਬੱਚੇ ਨੇ ਡਿਊਰਿੰਗ ਕੁਆਲੀਫਿਕੇਸ਼ਨ ਕੀਤਾ ਹੋਵੇ ਪਾਰਟ ਟਾਈਮ ਤੇ ਉਸ ਤੋਂ ਬਾਅਦ 457 ਵੀਜ਼ੇ ਦੇ ਉੱਤੇ 2 ਸਾਲ ਦੇ ਲਈ ਉਹ ਰਿਹਾ ਹੋਵੇ, ਦੈਟ ਮੀਨਸ ਟੋਟਲ ਐਕਸਪੀਰੀਅੰਸ ਆ ਜਿਹੜਾ ਉਹਦਾ 3 ਸਾਲ ਦਾ ਹੋ ਗਿਆ। 2 ਸਾਲ ਦਾ ਪਾਰਟ ਟਾਈਮ ਇਜ਼ ਇਕੁਅਲ ਟੂ 1 ਈਅਰ ਫੁੱਲ ਟਾਈਮ ਐਂਡ ਤੇ 2 ਸਾਲ ਦਾ ਫੁੱਲ ਟਾਈਮ ਤਾਂ ਉਹਦੇ ਕੋਲੇ ਹੈ ਹੀ ਹੈ, 3 ਸਾਲ ਦਾ ਟੋਟਲ ਹੋ ਕੇ ਉਹ ਸਕਿੱਲ ਅਸੈਸਮੈਂਟ ਅਪਲਾਈ ਕਰ ਸਕਦਾ। ਦੋਸਤੋ, ਕਿਸੇ ਵੀ ਫੀਲਡ ਦੇ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੋਵੇ ਤਾਂ ਪਲੀਜ਼ ਇੱਕ ਵਾਰ ਸਾਨੂੰ ਮਿਲੋ ਤੇ ਅਸੀਂ ਤੁਹਾਨੂੰ ਡੀਪਲੀ ਸਮਝਾਵਾਂਗੇ। ਚਲੋ ਹੁਣ ਆਪਾਂ ਗੱਲ ਕਰੀਏ ਇਸ ਦੀ, TRA ਸਕਿੱਲ ਅਸੈਸਮੈਂਟ ਵੀ ਸਾਡੀ ਹੋ ਗਈ ਹੈ, ਜੋਬ ਰੈਡੀ ਪ੍ਰੋਗਰਾਮ ਡਿਫਰੈਂਟ ਪਾਥਵੇ ਦੇ ਥਰੂ ਸਾਡਾ ਹੋ ਗਿਆ ਤੇ ਹੁਣ ਸਾਡੇ ਕੋਲ ਆਪਸ਼ਨਸ ਕੀ ਨੇ PR ਦੀਆਂ। ਦੋਸਤੋ, ਜਦੋਂ ਆਪਾਂ TRA ਸਕਿੱਲ ਅਸੈਸਮੈਂਟ ਕਰਵਾਉਂਦੇ ਹਾਂ ਤੇ ਉਸ ਲਈ ਕਈ ਆਪਸ਼ਨਸ ਸਾਡੇ ਸਾਹਮਣੇ ਆਉਂਦੀਆਂ ਨੇ, ਜਿਵੇਂ ਕਿ ਅਸੀਂ ਡਾਇਰੈਕਟ ਐਂਟਰੀ ਦੇ ਵਿੱਚ ਵੀ ਜਾ ਸਕਦੇ ਹਾਂ ਜਿੱਥੇ ਕਿ ਅਸੀਂ 3 ਸਾਲ ਦਾ ਐਕਸਪੀਰੀਅੰਸ ਕਰਾ ਕੇ ਜਿਹਦੀ ਕਿ ਮੈਂਡੇਟਰੀ ਸਕਿੱਲ ਅਸੈਸਮੈਂਟ ਰਿਕੁਆਇਰਮੈਂਟ ਆ ਤੇ ਅਸੀਂ ਡਾਇਰੈਕਟ PR ਤੇ ਜਾ ਸਕਦੇ ਹਾਂ। ਤੇ ਦੂਸਰੀ ਚੀਜ਼, ਸਾਨੂੰ ਕੋਈ ਇੰਪਲੋਇਰ ਲੱਭਣ ਦੀ ਵੀ ਲੋੜ ਨਹੀਂ, ਸਾਡੇ ਲਈ ਸਟੇਟਾਂ ਦੀਆਂ ਬਹੁਤ ਆਪਸ਼ਨਸ ਨੇ, ਰੀਜਨਲ ਏਰੀਆ ਦੀਆਂ ਬਹੁਤ ਆਪਸ਼ਨਸ ਨੇ ਦੋਸਤੋ। ਤੇ ਜਿਵੇਂ ਸਟੇਟ ਦੀ ਆਪਾਂ ਆਪਸ਼ਨ ਸੋਚੀਏ ਉਹਦੇ ਲਈ ਸਾਨੂੰ ਕੋਈ ਜ਼ਿਆਦਾ ਪੁਆਇੰਟਸ ਦੀ ਵੀ ਲੋੜ ਨਹੀਂ ਪੈਂਦੀ ਤੇ ਜ਼ਿਆਦਾ ਸਾਨੂੰ ਆਪਣਾ ਆਈਲਟਸ ਦੇ ਬੈਂਡਸ ਦੀ ਵੀ ਲੋੜ ਨਹੀਂ ਪੈਂਦੀ। ਈਵਨ 6 ਇੰਚ ਦੇ ਨਾਲ ਅਸੀਂ ਇਹ ਕੰਪੀਟੀਟਿਵ ਪ੍ਰੋਸੈਸ ਦੇ ਵਿੱਚ ਬੜੇ ਈਜ਼ੀਲੀ PR ਹਾਸਲ ਕਰ ਸਕਦੇ ਹਾਂ। ਦੋਸਤੋ, ਜਿਵੇਂ ਮੈਂ ਸਟੇਟ ਦੀ ਗੱਲ ਕਰਾਂ ਉਹਦੇ ਲਈ ਸਾਨੂੰ ਇੱਕ 55 ਪੁਆਇੰਟ ਚਾਹੀਦੇ ਨੇ, 55 ਪੁਆਇੰਟ ਜਿਹੜੇ ਕਿ ਸਾਡੇ ਮੋਸਟ ਪ੍ਰੋਬਬਲੀ ਮੇਰੇ ਵੀਰ 25 ਅਬਵ ਹੁੰਦੇ ਨੇ ਤੇ ਉਹ ਜਦੋਂ 25 ਅਬਵ ਉਹਦੇ ਪੁਆਇੰਟ ਹੋ ਜਾਣ ਤਾਂ ਉਹ 30 ਪੁਆਇੰਟਸ ਤੇ ਉਸ ਨੂੰ ਮਿਲ ਜਾਂਦੇ ਨੇ ਏਜ ਦੇ। ਤੇ ਫਿਰ ਉਹਨਾਂ ਨੇ ਆਬਵੀਅਸਲੀ ਕੋਈ ਟ੍ਰੇਡ ਦਾ ਸਰਟੀਫਿਕੇਟ 3-4 ਜਾਂ ਡਿਪਲੋਮਾ ਕੀਤਾ ਹੁੰਦਾ ਤੇ ਉਸ ਨੂੰ ਦੋਸਤੋ ਮਿਲ ਜਾਂਦੇ ਨੇ 10 ਪੁਆਇੰਟ ਤੇ 5 ਪੁਆਇੰਟ ਉਹਨੂੰ ਮਿਲ ਜਾਂਦੇ ਨੇ ਉਸ ਦੀ ਸਟੱਡੀ ਦੇ। ਤੇ ਦੋਸਤੋ, 30 ਤੇ 10 ਹੋ ਗਏ ਨੇ ਸਾਡੇ, ਆਪਣਾ 30 ਤੇ 10 40, 40 ਤੇ 5 2 ਈਅਰ ਸਟੱਡੀ ਦੇ 45, 5 ਪੁਆਇੰਟ ਦਾ ਸਾਨੂੰ 1 ਸਾਲ ਦੇ ਐਕਸਪੀਰੀਅੰਸ ਦੇ ਮਿਲ ਜਾਂਦੇ ਨੇ ਜਿਹਦੇ ਨਾਲ ਸਾਡੇ ਹੋ ਜਾਂਦੇ ਨੇ 50 ਪੁਆਇੰਟ। ਦੋਸਤੋ, ਕਈ ਮੇਰੇ ਵੀਰ ਡਾਇਰੈਕਟਲੀ ਜਾਣਾ ਚਾਹੁੰਦੇ ਨੇ ਸਟੇਟ ਦੇ ਉੱਤੇ, ਸਟੇਟ ਸਪੌਂਸਰਸ਼ਿਪ 50 ਦੇ ਨਾਲ ਸਾਨੂੰ ਰੀਜਨਲ ਸਪੌਂਸਰ ਤਾਂ ਮਿਲ ਜਾਵੇਗੀ, ਬਟ ਮੈਨੂੰ ਪਤਾ ਹੈ ਕਿ ਕਈ ਮੇਰੇ ਵੀਰ ਆਪਣਾ 6 ਇੰਚ ਤਾਂ ਈਜ਼ੀਲੀ ਕਰੈਕ ਕਰ ਲੈਂਦੇ ਨੇ, ਉਹਨਾਂ ਨੂੰ 7 ਇੰਚ ਦੇ ਵਿੱਚ ਮੁਸ਼ਕਲ ਆਉਂਦੀ ਹੈ। ਦੋਸਤੋ, Aussizz ਗਰੁੱਪ ਇਜ਼ ਅ ਵਨ ਸਟਾਪ ਫਾਰ ਐਵਰੀਥਿੰਗ। ਜਦੋਂ ਮੈਂ ਇਸ ਚੀਜ਼ ਨੂੰ ਕਹਿਣਾ ਕਿ ਅਸੀਂ ਆਪਣੇ ਵੀਰਾਂ ਨੂੰ ਜਿਹੜੇ ਵੀ ਸਟੂਡੈਂਟਸ ਨੇ ਉਹਨਾਂ ਨੂੰ ਫਰੋਮ ਬੋਟਮ ਟੂ ਟੋਪ ਪੂਰਾ ਸਾਥ ਦਿੰਦੇ ਹਾਂ, ਪੂਰੇ ਰਸਤੇ, ਜਦੋਂ ਤੱਕ ਉਹਨਾਂ ਨੂੰ PR ਗ੍ਰਾਂਟ ਨਹੀਂ ਹੋ ਜਾਂਦੀ ਤੇ ਸਿਟੀਜ਼ਨਸ਼ਿਪ ਦਾ ਵੀ ਸਰਟੀਫਿਕੇਟ ਹੱਥ 'ਚ ਨਹੀਂ ਆ ਜਾਂਦਾ। ਅਸੀਂ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਦੌਰਾਨ ਵੀ ਪੂਰਾ ਗਾਈਡ ਕਰਦੇ ਹਾਂ ਕਿ ਤੁਹਾਡਾ ਕਿੱਦਾਂ ਕਿੱਦਾਂ ਪਾਥਵੇ, ਕਿੱਦਾਂ ਤੁਹਾਨੂੰ ਆਪਣਾ ਇਹ ਹਾਸਲ ਹੋ ਸਕੇਗਾ। ਦੋਸਤੋ, ਜਿਵੇਂ ਤੁਹਾਨੂੰ ਪਤਾ ਕਿ ਹੁਣੇ ਆਪਾਂ PTE ਵੀ ਮਾਰਕੀਟ ਦੇ ਵਿੱਚ ਲੈ ਕੇ ਆਏ ਹਾਂ ਵੈਰੀ ਕੰਪੀਟੀਟਿਵ ਪ੍ਰਾਈਸਿਸ ਤੇ, ਜਿਵੇਂ ਕਿ ਆਪਾਂ PTE ਦੀਆਂ ਕਲਾਸਾਂ ਆਪਣਾ ਕਲੇਟਨ ਦੇ ਵਿੱਚ ਵੀ ਸਟਾਰਟ ਕਰ ਦਿੱਤੀਆਂ ਨੇ, ਮੈਲਬਨ ਦੇ ਵਿੱਚ ਵੀ ਸਟਾਰਟ ਕਰ ਦਿੱਤੀਆਂ ਨੇ ਤੇ CBD ਦੇ ਵਿੱਚ। ਤੁਸੀਂ ਪਲੀਜ਼ ਇੱਕ ਵਾਰ ਆ ਕੇ ਆਪਣਾ ਸਾਨੂੰ ਜ਼ਰੂਰ ਮਿਲੋ, ਸਾਡੇ ਕੋਲੇ ਟੀਚਰ ਬਹੁਤ ਹੀ ਜ਼ਿਆਦਾ ਐਕਸਪੀਰੀਅੰਸ ਨੇ ਜਿਹੜੇ ਕਿ ਤੁਹਾਨੂੰ ਪੂਰਾ ਸਾਥ ਦੇਣਗੇ 7 ਇੰਚ ਦੇ ਵਿੱਚ। 7 ਇੰਚ ਇਜ਼ ਨਾਟ ਅ ਬਿਗ ਡੀਲ, ਆਈ ਨੋ, ਲਾਈਕ ਜਿੰਨੇ ਵੀ ਮੇਰੇ ਦੋਸਤ ਨੇ ਜਿਵੇਂ ਕੋਈ PR ਅਪਲਾਈ ਕਰ ਰਿਹਾ ਉਹਨਾਂ ਨੂੰ 2-3 ਸਾਲ ਤਾਂ ਆਬਵੀਅਸਲੀ ਹੋ ਹੀ ਚੁੱਕੇ ਨੇ ਇਸ ਕੰਟਰੀ ਦੇ ਵਿੱਚ, ਇੰਨੀ ਕੁ ਇੰਗਲਿਸ਼ ਤਾਂ ਉਹਨਾਂ ਨੂੰ ਆਉਂਦੀ ਆ ਕਿ ਉਹ 7 ਇੰਚ ਆਈ ਬਿਲੀਵ ਲੈ ਸਕਣ। ਬਾਕੀ ਜੋ PTE ਦੀਆਂ ਜੋ ਵੀ ਆਪਣੀਆਂ ਇੱਥੇ ਸਾਡੇ ਕੋਲੇ ਜੋ ਰਿਕੁਆਇਰ ਆਪਾਂ ਟੈਕਨੀਕਸ ਨੇ, ਆਪਾਂ ਤੁਹਾਨੂੰ ਇੱਥੇ ਦੱਸਾਂਗੇ ਕਿ ਕਿੱਦਾਂ ਦੈਟ ਵਿਲ ਲੀਡ ਯੂ ਫਾਰ ਯੂਅਰ ਡਿਜ਼ਾਇਰ ਸਕੋਰ। ਦੋਸਤੋ, ਕਿਸੇ ਵੀ ਮੇਰੇ ਦੋਸਤ ਦੇ ਜਿਵੇਂ ਕਿ ਮੈਂ ਇੱਥੇ ਐਡ ਕਰਨਾ ਚਾਹਾਂਗਾ, ਜਿਵੇਂ ਕਿ ਕਈ ਫੀਲਡਸ ਨੇ ਅਕਾਊਂਟਿੰਗ ਜਾਂ IT, ਉਹਨਾਂ ਦੇ 8 ਇੰਚ ਨਹੀਂ ਆ ਰਹੇ, ਉਹ 7 ਇੰਚ ਲੈ ਰਹੇ ਨੇ ਤੇ 8 ਇੰਚ ਤੋਂ ਇੱਕ ਅੱਧਾ ਪੁਆਇੰਟ ਲਈ ਉਹ ਮਤਲਬ ਕਿ ਰਹਿ ਰਹੇ ਨੇ। ਤੇ ਦੋਸਤੋ, ਅਸੀਂ ਮਾਸਟਰ ਕਲਾਸ ਵੀ ਸਟਾਰਟ ਕਰ ਦਿੱਤੀ ਆ ਫਾਰ ਅ ਵੈਰੀ ਲੈਸ ਪ੍ਰਾਈਸ, ਲਾਈਕ ਫਾਰ 1 ਡੇ ਇਫ ਯੂ ਵਾਂਟ ਟੂ ਗੋ ਫਾਰ ਲਾਈਕ ਸੈਟਰਡੇਜ਼, ਦੈਨ ਯੂ ਕੈਨ ਈਜ਼ੀਲੀ ਗੈਟ 18 ਇੰਚ। ਇਹ ਮੈਂ ਤੁਹਾਨੂੰ ਇਸ ਚੀਜ਼ ਦੀ ਅਸ਼ੋਰਟੀ ਵੀ ਦੇ ਸਕਦਾ ਕਿ ਤੁਸੀਂ ਪਲੀਜ਼ ਇੱਕ ਵਾਰ ਆ ਕੇ ਸਾਨੂੰ ਮਿਲੋ ਤੇ ਅਸੀਂ ਤੁਹਾਡੀ ਹਰ ਹਿੱਲੇ ਦੇ ਵਿੱਚ PTE ਦੇ ਵਿੱਚ ਆਈਲਟਸ ਦੇ ਵਿੱਚ ਵੀ ਮਦਦ ਕਰ ਸਕਾਂਗੇ। ਚਲੋ, ਲੈਟਸ ਗੋ ਬੈਕ ਟੂ TRA ਸਕਿੱਲ ਅਸੈਸਮੈਂਟ ਪਾਥਵੇ ਟੂ PR। ਦੋਸਤੋ, ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਸਟੇਟ ਵੀ ਅਪਲਾਈ ਕਰ ਸਕਦੇ ਹਾਂ, ਰੀਜਨਲ ਏਰੀਆ ਵੀ ਅਪਲਾਈ ਕਰ ਸਕਦੇ ਹਾਂ, ਤੇ ਜੇ ਆਪਣੇ ਇਨਫ ਪੁਆਇੰਟਸ ਹੋਣ, ਜੇ 50 ਪੁਆਇੰਟ ਹੋਣ ਤਾਂ ਅਸੀਂ ਰੀਜਨਲ ਏਰੀਆ ਦੇ ਪਾਥਵੇ ਤੇ ਜਾ ਸਕਦੇ ਹਾਂ ਤੇ 55 ਪੁਆਇੰਟ ਹੋਣ ਤਾਂ ਸਟੇਟ ਸਪੌਂਸਰਸ਼ਿਪ ਪਾ ਸਕਦੇ ਹਾਂ। ਈਵਨ ਦੋ ਸਾਡੇ ਕਈ ਸਟੂਡੈਂਟ ਵੀਰ ਸਾਡੇ ਕੋਲ ਆਉਂਦੇ, ਉਹਨਾਂ ਆਉਂਦੇ ਨੇ ਤੇ ਉਹ ਦੱਸਦੇ ਨੇ ਕਿ ਉਹਨਾਂ ਦਾ ਕੋਈ ਨਾ ਕੋਈ ਇੱਥੇ ਰਿਸ਼ਤੇਦਾਰ, ਕਲੋਜ਼ ਕਜ਼ਨ, ਬ੍ਰਦਰ, ਸਿਸਟਰ ਜਾਂ ਕੋਈ ਨਾ ਕੋਈ PR ਹੁੰਦਾ ਤੇ ਉਹ ਆਪਣਾ 489 ਫੈਮਿਲੀ ਸਪੌਂਸਰ ਦੇ ਵਿੱਚ ਵੀ ਜਾ ਸਕਦੇ ਨੇ ਜੇ ਉਹਨਾਂ ਦੀ ਆਕੂਪੇਸ਼ਨ ਮੀਡੀਅਮ ਲੌਂਗ ਟਰਮ ਲਿਸਟ ਦੇ ਵਿੱਚ ਹੈਗੀ ਆ।
ਤੇ ਉਹ ਉਹਨਾਂ ਤੋਂ ਵੀ 10 ਪੁਆਇੰਟ ਲੈ ਕੇ ਈਵਨ ਦੋ ਵਿਕਟੋਰੀਆ ਦੇ ਵਿੱਚ ਹੀ ਰਹਿ ਸਕਦੇ ਨੇ ਕਿਉਂਕਿ ਵਿਕਟੋਰੀਆ ਵੀ ਉਸੇ ਕੈਟੇਗਰੀ ਚ ਆਉਂਦਾ ਡੈਜ਼ਿਗਨੇਟਿਡ ਏਰੀਆ ਦੇ ਵਿੱਚ ਆਉਂਦਾ ਜਿੱਥੇ ਉਹ ਪੀਆਰ ਗ੍ਰਾਂਟ ਹੋਣ ਤੋਂ ਬਾਅਦ ਆਪਣਾ 489 ਵੀਜ਼ੇ ਤੇ ਰਹਿ ਕੇ ਆ ਬਾਅਦ ਵਿੱਚ 887 ਵੀਜ਼ਾ ਪਾਥਵੇ ਟੂ ਡਾਇਰੈਕਟ ਪੀਆਰ ਪਾ ਸਕਦੇ ਨੇ ਤੇ ਦੋਸਤੋ ਤੇ ਹੋਰ ਜੇ ਤੁਹਾਨੂੰ ਕੋਈ ਵੀ ਕਿਸੇ ਇਸ ਫੀਲਡ ਦੇ ਵਿੱਚ ਜਾਣਕਾਰੀ ਹੋਵੇ ਲੈਣ ਦੀ ਇੱਛਾ ਹੋਵੇ ਤਾਂ ਪਲੀਜ਼ ਇੱਕ ਵਾਰ ਸਾਨੂੰ ਆ ਕੇ ਜ਼ਰੂਰ ਮਿਲੋ ਤੇ ਤੁਹਾਨੂੰ TRA ਦਾ ਪਾਥਵੇ ਅਸੀਂ ਪੂਰਾ ਕਲੀਅਰਲੀ ਤੁਹਾਡੀ ਆਕੂਪੇਸ਼ਨ ਦੇ ਅਕੋਰਡਿੰਗ ਸਮਝਾਵਾਂਗੇ ਕਈ ਵਾਰ ਸਾਨੂੰ ਇਦਾਂ ਦੇ ਵੀ ਸਟੂਡੈਂਟ ਮਿਲਦੇ ਨੇ ਜਿਨ੍ਹਾਂ ਦੇ ਕੋਲੇ ਐਕਸਪੀਰੀਅੰਸ ਕਾਫੀ ਹੁੰਦਾ ਬਟ ਉਹਨਾਂ ਦੇ ਕੋਲੇ ਕੋਈ ਕੁਆਲੀਫਿਕੇਸ਼ਨ ਨਹੀਂ ਹੁੰਦੀ ਯੈਸ ਦੇ ਕੈਨ ਗੋ ਫਾਰ ਰਿਕੋਗਨਾਈਜ਼ਡ ਪ੍ਰੀਅਰ ਲਰਨਿੰਗ ਉਹ RPL ਲੈ ਕੇ ਵੀ ਆਪਣਾ ਸਕਿੱਲ ਅਸੈਸਮੈਂਟ ਕਰਵਾ ਸਕਦੇ ਨੇ ਅਤੇ PR ਦੇ ਪਾਥਵੇ ਤੇ ਆ ਸਕਦੇ ਨੇ ਜਿਵੇਂ ਕਿ ਕਿਸੇ ਵੀ ਮੇਰੇ ਸਟੂਡੈਂਟ ਵੀਰ ਦਾ ਇੱਥੇ ਐਕਸਪੀਰੀਅੰਸ ਹੈਗਾ ਆਪਣਾ ਆਸਟ੍ਰੇਲੀਆ ਦੇ ਵਿੱਚ 3 ਸਾਲ ਦਾ ਜਾਂ 6 ਸਾਲ ਦਾ ਪਾਰਟ ਟਾਈਮ ਦੈਨ ਦੇ ਕੈਨ ਗੋ ਫਾਰ TRA ਸਕਿੱਲ ਅਸੈਸਮੈਂਟ ਐਜ਼ ਵੈਲ ਤੇ ਇਹ ਸੀ ਅੱਜ ਦਾ ਇਹ ਸੈਸ਼ਨ ਜੋ ਕਿ ਸਪੈਸ਼ਲੀ ਮੇਰੇ ਵੀਰਾਂ ਦੇ ਲਈ ਜੋ ਵੀ 457 ਵੀਜ਼ੇ ਤੇ ਨੇ ਜਾਂ ਜਿਨ੍ਹਾਂ ਨੇ ਹੁਣੇ ਹੁਣੇ ਸਟੱਡੀ ਫਿਨਿਸ਼ ਕੀਤੀ ਆ ਤੇ ਉਹ TR ਪਾਥਵੇ ਤੇ ਆ ਚੁੱਕੇ ਨੇ ਤੇ ਉਹਨਾਂ ਕੋਲੇ 18 ਮਹੀਨੇ ਦਾ ਵੀਜ਼ਾ ਤੇ ਉਹ ਕਿੱਦਾਂ PR ਪਾਥਵੇ ਤੇ ਜਾ ਸਕਦੇ ਨੇ ਥਰੂ ਜੋਬ ਰੈਡੀ ਪ੍ਰੋਗਰਾਮ ਔਰ ਜਾਂ 457 ਵੀਜ਼ੇ ਵਾਲੇ ਜਿਨ੍ਹਾਂ ਕੋਲੇ ਆਲਰੇਡੀ ਐਕਸਪੀਰੀਅੰਸ ਹੈਗਾ ਤੇ ਆ ਜਾਂ ਕਿਸੇ ਨੇ RSMS ਅਪਲਾਈ ਕੀਤੀ ਹੋਈ ਆ ਬਟ ਉਹਨਾਂ ਦੇ ਕੋਲੇ ਐਕਸਪੀਰੀਅੰਸ ਆਲਰੇਡੀ ਹੈਗਾ ਤੇ ਉਹ ਵੇਟ ਕਰ ਰਹੇ ਨੇ ਵੀਜ਼ੇ ਦਾ ਦੈਨ ਉਹ ਇਸ ਚੀਜ਼ ਲਈ ਲਾਈਕ ਕਿਊਰੀਅਸ ਨੇ ਕਿ ਕਿਉਂਕਿ RSMS ਹੁਣ ਕਾਫੀ ਜ਼ਿਆਦਾ ਟਾਈਮ ਲੈ ਰਹੇ ਨੇ ਵੀਜ਼ਾ ਗ੍ਰਾਂਟ ਕਰਨ ਦੇ ਲਈ ਤੇ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਆਲਰੇਡੀ ਹੈਗਾ ਤੇ ਅਸੀਂ RSMS ਭੁਲੇਖੇ ਵਿੱਚ ਜਲਦੀ ਵਿੱਚ ਕਰ ਚੁੱਕੇ ਹਾਂ ਆਲਰੇਡੀ ਅਪਲਾਈ ਤੇ ਹੁਣ ਸਾਨੂੰ ਦੱਸੋ ਕਿ ਅਸੀਂ ਜਲਦੀ PR ਕਿੱਦਾਂ ਹਾਸਲ ਕਰੀਏ ਦੋਸਤੋ ਤੁਸੀਂ ਸਕਿੱਲ ਅਸੈਸਮੈਂਟ ਕਰਵਾ ਸਕਦੇ ਹੋ ਇਫ ਯੂ ਵਾਂਟ ਦੈਨ ਯੂ ਕੈਨ ਗੋ ਫਾਰ PR ਪਾਥਵੇ ਥਰੂ ਸਟੇਟ ਸਪੌਂਸਰਸ਼ਿਪ ਐਜ਼ ਵੈਲ ਤੇ 457 ਵੀਜ਼ੇ ਵਾਲੇ ਵੀ ਜਿਵੇਂ ਉਹ ਲੱਗਦਾ ਕਿ 186 ਉਹਨਾਂ ਦੇ ਲਈ ਸਿਕਿਉਰ ਨਹੀਂ ਹੋਏਗਾ ਅਪਲਾਈ ਕਰਨਾ ਤੇ ਉਹ ਸਕਿੱਲ ਅਸੈਸਮੈਂਟ ਕਰਾ ਕੇ ਆਪਣਾ ਕਲੀਅਰ ਪਾਥਵੇ ਜਿਹੜਾ ਕਿ ਸਟੇਟ ਸਪੌਂਸਰ ਦਾ ਜਾਂ ਫਿਰ ਡਾਇਰੈਕਟ PR 189 ਵੀ ਅਪਲਾਈ ਕਰ ਸਕਦਾ ਜੇ ਕੋਈ ਮੇਰਾ ਵੀਰ ਮੋਟਰ ਮਕੈਨਿਕ ਦੇ 457 ਵੀਜ਼ੇ ਦੇ ਉੱਤੇ ਹੋਵੇ ਉਹ ਡਾਇਰੈਕਟ PR ਵੀ ਅਪਲਾਈ ਕਰ ਸਕਦਾ 189 ਵਾਲਾ ਕੈਟੇਗਰੀ ਦੇ ਵਿੱਚ ਜੇ ਉਹਨੇ 60 ਪੁਆਇੰਟ ਉਹਨੂੰ ਲੱਗਦਾ ਕਿ ਉਹਦੇ ਹੋ ਰਹੇ ਨੇ ਇਨਕਲੂਡਿੰਗ ਏਜ PT ਐਂਡ ਕੁਆਲੀਫਿਕੇਸ਼ਨ ਪਲੱਸ ਐਕਸਪੀਰੀਅੰਸ ਤੇ ਇਹ ਸੀ ਅੱਜ ਦਾ ਸੈਸ਼ਨ ਤੇ ਪਲੀਜ਼ ਤੁਹਾਡੇ ਜੇ ਜੋ ਵੀ ਕੁਐਸਚਨ ਹੋਣਗੇ ਤੁਸੀਂ ਸਾਡੇ ਆਪਣਾ ਫੇਸਬੁੱਕ ਦੇ ਅਕਾਊਂਟ ਦੇ ਉੱਤੇ ਆਪਣਾ ਛੱਡ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਹੀ ਤੁਹਾਡੇ ਸਵਾਲਾਂ ਦਾ ਜਵਾਬ ਦਿੱਤਾ ਜਾ ਸਕੇ ਫੋਰ ਫਰਦਰ ਇਨਫੋਰਮੇਸ਼ਨ ਜੇ ਤੁਹਾਨੂੰ ਕੋਈ ਇਸ ਦੇ ਬਾਰੇ ਡੀਪਲੀ ਇਨਫੋਰਮੇਸ਼ਨ ਲੈਣੀ ਹੈ ਤੇ ਤੁਹਾਨੂੰ ਲੱਗ ਰਿਹਾ ਕਿ ਸਾਡਾ 3 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਜਾਂ ਅਸੀਂ ਹੁਣੇ ਪੜ੍ਹਾਈ ਖਤਮ ਕੀਤੀ ਆ ਤੇ ਅਸੀਂ TR ਦੇ ਉੱਤੇ ਹਾਂ ਤੇ ਸਾਨੂੰ ਇਹਦੇ ਬਾਰੇ ਦੱਸੋ ਕਿੱਦਾਂ ਅਸੀਂ PR ਪਾਥਵੇ ਤੇ ਜਾਈਏ ਤਾਂ ਪਲੀਜ਼ ਫੀਲ ਫਰੀ ਟੂ ਕੰਟੈਕਟ Aussizz ਗਰੁੱਪ Aussizz ਗਰੁੱਪ ਇਜ਼ ਵਨ ਸਟਾਪ ਫਾਰ ਐਵਰੀਥਿੰਗ ਰਿਗਾਰਡਿੰਗ ਮਾਈਗ੍ਰੇਸ਼ਨ ਐਜੂਕੇਸ਼ਨ ਪ੍ਰੋਫੈਸ਼ਨਲ ਈਅਰ ਐਂਡ PT ਥੈਂਕ ਯੂ ਵੈਰੀ ਮੱਚ ਫਾਰ ਟੂਡੇ ਥੈਂਕ ਯੂ